ਈ ਆਕਾਸ਼ਵਾਨੀ ਜੰਮੂ ਹੈ ਹੋਂ ਤੁਸ ਅੰਜੂ ਵਾਲਾ ਕੋਲਾ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜੁਲਾਈ ਗੀ ਫਰਾਂਸ ਦੀ ਰਾਜਧਾਨੀ ਪੈਰਿਸ ਚ ਵੇ ਸਟਾਈਲ ਦੇ ਚ ਡੀਪ ਰੇਡ ਦੇ ਪ੍ਰਮੁਖ ਪਰੋਣੇ ਤੌਰ ਉਪਰ ਇਸਾ ਲੈਂਗਨ ਫਰਾਂਸ ਦੀ ਇਹ ਕਈ ਕੰਪਨੀਏ ਦੇ ਪ੍ਰਮੁਖ ਕਾਰਜਕਾਰੀ ਅਧਿਕਾਰੀ ਪ੍ਰਧਾਨ ਮੰਤਰੀ ਹੋਂ ਦੀ ਫਰਾਂਸ ਦੀ ਇਸ ਯਾਤਰਾ ਕੀ ਲਈ ਹੈ ਬੜਾ ਉਤਸ਼ਾਹ ਦੱਸਾ ਕਰ ਦੇਨਾ ਸੈਂਟ ਗੋਵਿੰਦ ਦੇ ਪ੍ਰਮੁਖ ਕਾਰਜਕਾਰੀ ਅਧਿਕਾਰੀ ਵੈਨੋਇਟ ਵੈਂਜ਼ਿਨੋ ਨੇ ਆਖਿਆ ਹੈ ਜੇ ਫਰਾਂਸ ਦੇ ਰਾਸ਼ਟਰੀ ਧਿਆੜੇ ਉਪਰ ਮੋਦੀ ਹੋਂ ਦਾ ਸਵਾਗਤ ਕਰਨਾ ਉੰਦੇ ਆਸਤੇ ਬੜੀ ਖੁਸ਼ੀ ਦੀ ਗੱਲ ਹੈ ਉਹਨੇ ਆਖਿਆ ਜੇ ਭਾਰਤ ਸੈਂਟ ਗੋਵਿੰਦ ਦੀ ਵਿਕਾਸ ਰਣਨੀਤੀ ਲਈ ਮਹੱਤਵਪੂਰਨ ਆਯਾਤਕ ਮੁਲਕ ਰਿਹਾ ਹੈ ਨੇਵਲ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਰੇ ਐਰਿਕ ਪੌਮਲੇ ਪੌਮਲੇਟ ਹੋਰੇ ਆਖਿਆ ਹੈ ਜੇ ਉਹ ਵੈਸਟਾਈਲ ਦਿਵਸ ਉਪਰ ਪ੍ਰਧਾਨ ਮੰਤਰੀ ਹੁੰਦਾ ਸਵਾਗਤ ਕਰੀਏ ਸਮਾਨਿਤ ਮਹਿਸੂਸ ਕਰਾਂਗਨ ਉਹਨੇ ਆਖਿਆ ਜੇ ਇਹ ਭਾਰਤ ਦੇ ਕੰਨਾਂ ਪੰਜੀਏ ਬਰੇ ਥਮਾ ਮਤੇ ਸਮੇਂ ਥਮਾ ਚਲਦੇ ਆਵਾ ਕਰਦੇ ਰਣਨੀਤਿਕ ਸਰਬੰਦੇ ਦਾ ਉਤਸ਼ਾਹ ਉਤਸਮਨਾਂ ਨੇ ਦਾ ਮੌਕਾ ਹੈ ਭਾਰਤੀ ਵਾਯੂ ਸੈਨਾ ਦੇ ਜਹਾਜ ਜਹਸ ਨੇ ਭਾਰਤ ਦੀ ਤਰੋਨੇ ਸੈਨਾ ਦੀ ਇੱਕ ਟੁਕੜੀ ਵੈਸਟਾਈਲ ਡੇ ਪਰੇਡ ਚ ਹਿੱਸਾ ਲਿਆਗ ਪ੍ਰਧਾਨ ਮੰਤਰੀ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਮਝਾਟੇ ਪੱਕੀ ਦੋਸਤੀ ਹੈ ਯਾਤਰਾ ਦੇ ਦੌਰਾਨ ਸ਼੍ਰੀ ਮੋਦੀ ਹੰਦੀ ਰਾਸ਼ਟਰਪਤੀ ਮੈਕਰੋ ਪ੍ਰਧਾਨ ਮੰਤਰੀ ਐਲਿਜ਼ਾਬੈਥ ਵਾਰਨ ਤੇ ਸੀਨੇਟ ਤੇ ਨੈਸ਼ਨਲ ਅਸੈਂਬਲੀ ਦੇ ਅਧਿਐਖੀ ਸਨ ਫਰਾਂਸ ਦੇ ਪੂਰੇ ਸੀ ਆਸੀ ਅਗਵਾਈ ਕਰਨੇ ਗੱਲਬਾਤ ਕਰਨ ਦੀ ਸੰਭਾਵਨਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ੌਰ ਨੇ ਅੱਜ ਆਖਿਆ ਹੈ ਜੇ ਸਾਈਬਰ ਅਪਰਾਧ ਅੱਜ ਦੇ ਸਮੇਂ ਚ ਦੁਨੀਆ ਪਰ ਇਹ ਚ ਆਮ ਲੋਕੀ ਦੀ ਸੁਰੱਖਿਆ ਲਈ ਇੱਕ ਵੱਡਾ ਖਤਰਾ ਹੈ ਜਿਸ ਨਾਲ ਜੇ ਡਿਜੀਟਲ ਦੌਰ ਚ ਇਸ ਰਿਸ਼ਤੇ ਰਾਏ ਇੰਦੇ ਪਰ ਕੋਈ ਰੋਕ ਰੁਕਾਵਟ ਨਹੀਂ ਹੈ ਉਹਨੇ ਆਖਿਆ ਜੇ ਇਸ ਖਤਰੇ ਕੰਨ ਅਸਰਦਾਰ ਟੰਗੇ ਸਿਰ ਨਿਭਣੇ ਲਈ ਇੱਕ ਪ੍ਰੋਸੇਮੰਦ ਪਮਾਲੀ ਦੀ ਬੜੀ ਮਤੀ ਲੋੜ ਹੈ ਸ਼ੌਰ ਇਹ ਹੁੰਦੇ ਕੱਲ ਜੀ 20 ਦੀ ਮੌਜੂਦਾ ਦੌਰਚ ਅਪਰਾਧ ਤੇ ਸੁਰੱਖਿਆ ਬਾਰੇ ਇੱਕ ਦੋ ਰੋਜ਼ਾ ਕਾਨਫਰੰਸ ਦਾ ਉਦਘਾਟਨ ਕਰੰਗਨ ਜਿਹਦੇ ਕੋਲਾ ਪਹਿਲੇ ਅੱਜ ਉਹਨੇ ਇਹ ਗੱਲ ਆਖੀ ਹੀ ਮੱਧੇ ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਚ ਸੁਰੱਖਿਆ ਬਲੇ ਪੰਜ ਅਤੰਕਵਾਦੀਆਂ ਗੇ ਗ੍ਰਿਫਤਾਰ ਕੀਤਾ ਹੈ ਜਿਹੜੇ ਲਖਸ਼ਰੇ ਤੋਇਬਾ ਅਤੰਕਵਾਦੀ ਸੰਗਠਨ ਕਨਾਂ ਜੁੜੇ ਦੇ ਹੈ ਅਧਿਕਾਰਿਕ ਸੂਤਰ ਮੁਜੇ ਪੁਲਿਸ ਨੇ ਫੌਜ ਦੀ ਬਾੜ ਰਾਸ਼ਟਰੀ ਰਾਈਫਲ ਕਨਾਂ ਮਿਲੀ ਹੈ ਇਹਨੇ ਅਤੰਕਵਾਦੀਆਂ ਗੀ ਦਗਾਮ ਦੇ ਖਾਗ ਇਲਾਕੇ 'ਚ ਗ੍ਰਿਫਤਾਰ ਕੀਤਾ ਇੰਦੇਸ਼ਾ ਇਤਰਾਜਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ ਜਿਸ ਸੀ ਅਗਲੀ ਜਾਂਚ ਪੜਤਾਲ ਅਸਤੇ ਰੱਖਿਆ ਗਿਆ ਹੈ ਮਾਮਲਾ ਦਰਜ ਕਰੀਏ ਅੱਗੇ ਦੀ ਜਾਂਚ ਕੀਤੀ ਜਾ ਕਰਦੀ ਹੈ ਸੰਯੁਕਤ ਰਾਸ਼ਟਰ ਨੇ ਆਖਿਆ ਹੈ ਜੇ ਭਾਰਤ ਨੇ ਗਰੀਬੀ ਚ ਖਰੀ ਮਤੀ ਕਮੀ ਦਰਜ ਕੀਤੀ ਹੈ ਤੇ 6.15 ਬਰਾਂਚ 41 ਕਰੋੜ 50 ਲੱਖ ਲੋਕ ਗਰੀਬ ਰੇਖਾ ਦੇ ਉੱਪਰ ਆਈ ਗਏ ਨੇ ਸੰਯੁਕਤ ਰਾਸ਼ਟਰ ਨੇ ਆਖਿਆ ਹੈ ਜੇ ਭਾਰਤ ਸਨ ਹੈ ਕੁੱਲ 50 ਦੇ ਮੁਲਕੇ ਗਰੀਬੀ ਸਰਬੰਧੀ ਕੁੱਲ ਸੰਸਾਰੀ ਸਥਾ ਦੇ ਸੂਚਨਾਕੰਕ MPI ਚ 15 ਪਰੇ ਦੇ ਅੰਦਰ ਗੈ ਖਰੀਮਤੀ ਬਿਹਤਰੀ ਤੇ ਸੁਧਾਰ ਦਰਜ ਕੀਤਾ ਹੈ ਇਹਨੇ ਮੁਲਕੇ ਚ ਕੰਬੋਡੀਆ ਚੀਨ ਕਾਂਗੋ ਹੌਟਸ ਹੌਟਸੁਰਸ ਇੰਡੋਨੇਸ਼ੀਆ ਮੋਰੋਕੋ ਸਰਬੀਆ ਵਿਤਨਾਮ ਤੇ ਭਾਰਤ ਸ਼ਾਮਲ ਨ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤੇ ਆਕਸਫੋਰਡ ਪੋਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ ਪਾਸਿਆਂ ਕੱਲ ਆਕਸਫੋਰਡ ਯੂਨੀਵਰਸਿਟੀ ਚ ਇੱਕ ਸੂਚਨਾਕੰਕ ਦਾ ਨਵਾਂ ਅੰਕ ਜਾਰੀ ਕੀਤਾ ਗਿਆ ਰਿਪੋਰਟ ਚ ਦੱਸਿਆ ਗਿਆ ਜੇ ਭਾਰਤ ਨੇ ਕਈ ਸਾਰੇ ਸੂਚਕਾਂ ਚ ਸੁਧਾਰ ਦਰਜ ਕੀਤਾ ਹੈ ਤੇ ਭਾਰਤ ਨੇ ਭਲਿਆਂ ਗਰੀਵ ਰਾਜੇ ਤੇ ਸਮੂਹੇ ਬੜੀ ਤੇਜ਼ੀ ਕਨਾਂ ਤਰੱਕੀ ਕੀਤੀ ਹੈ ਧਿਆਨਯੋਗ ਹੈ ਜੇ ਜੰਦੇ April ਮਹੀਨੇ ਚੀਨ ਕੀ ਪਛਾੜ ਲੈਂਦੇ ਹੋਈ ਭਾਰਤ ਇਸ ਦੁਨੀਆ ਦਾ ਸਭਨੇਸ਼ਮਤੀ ਆਬਾਦੀ ਵਾਲਾ ਮੁਲਕ ਬਣੀ ਗਿਆ ਹੈ ਸੰਯੁਕਤ ਰਾਸ਼ਟਰ ਦੇ ਆંકੜੇ ਮੁਜਬ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਦੇ ਪਾਰ ਪੁੱਜੀ ਗਈ ਹੈ ਉਦੰਪੂਰ ਜ਼ਿਲ੍ਹੇ 'ਚ ਅੱਜ ਬੜਲੇ ਸ਼੍ਰੀ ਅਮਰਨਾਥ ਯਾਤਰੀਆਂ ਦੀ ਇੱਕ ਕਾਰ ਰੋਡ ਡਿਵਾਈਡਰ ਕੰਨੇ ਬੱਜੀ ਕਰੀ 5 ਲੋਕ ਗਾਇਲੋਈ ਗਏ ਨਾ ਆਕਾਸ਼ਵਾਨੀ ਜੰਮੂ ਸੰਵਾਦਾਤਾ ਮੁਤਾਬਕ ਇਹ ਯਾਤਰੀ ਉੱਤਰ ਪ੍ਰਦੇਸ਼ ਥਾਵਾ ਗਾਂਦਰਵਲ ਜ਼ਿਲ੍ਹੇ ਦੇ ਬਾਲਟਾਲ ਬੇਸ ਕੈਂਪ ਲਈ ਜਾ ਕਰਦੇ ਹੇ ਜੰਦੇਵੇਲਾ ਸਮੋਲੀ ਇਲਾਕੇ ਦੇ ਕੋਲ ਡਰਾਈਵਰ ਦਾ ਆਪਣੀ ਗੱਡੀ ਉੱਪਰ ਕਾਬੂ ਨਹੀਂ ਰੋਣੇ ਕਾਰਨ ਗੱਡੀ ਡਿਵਾਈਡਰ ਕਨੇ ਜਾਈ ਬੱਜੀ ਕਾਇਲ ਸ਼ਰਦਾਲੂਆਂ ਦੇ ਡਰਾਈਵਰ ਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਆਉਂਦੀ ਹਾਲਤ ਤਸਵੀਰ ਦੱਸੀ ਜਾ ਕਰਦੀ ਹੈ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਦਾ ਦਸਮਾ ਜੱਥਾ ਅੱਜ ਵੱਡਲਾ 7800 ਸ਼ਾਮ ਮਤੇਸ਼ਰਦਾਲੂਆਂ ਕੀ ਲਈ ਹੈ ਜੰਮੂ ਬੇਸ ਕੈਂਪ ਥਮਾ ਘਾਟੀ ਚ ਆਧਾਰ ਸ਼ਿਵਰ ਲਈ ਰਵਾਨਾ ਹੋਆ ਆਕਾਸ਼ਵਾਨੀ ਦੇ ਜੰਮੂ ਸੰਬਾਧਾਤਾ ਦੇ ਮੁਤਾਬਕ ਕੁੱਲ 7805 ਸ਼ਰਦਾਲੂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਥਮਾ 339 ਗੱਡੀਆਂ ਦੇ ਕਾਫਲੇ ਚ ਕਾਟੀ ਲਈ ਰਵਾਨਾ ਹੋਏ ਜਿੰਦੇ ਚਾ 4670 ਸ਼ਰਦਾਲੂ 207 ਗੱਡੀਆਂ ਚ ਪਹਿਲਗਾਮ ਲਈ ਰਵਾਨਾ ਹੋਏ ਤੇ 3128 ਸ਼ਰਦਾਲੂ 132 ਗੱਡੀਆਂ ਚ ਬਲਟਾਲ ਬੇਸ ਕੈਂਪ ਲਈ ਰਵਾਨਾ ਹੋਏ ਇਹਦੇ ਕੰਨਾਂਗਾ ਯਾਤਰਾ ਸ਼ੁਰੂ ਹੋਣੇ ਦੇ ਪਹਿਲੇ ਧਿਆੜੇ ਥਮਾ ਯਾਨੀ 3 ਜੂਨ ਛਾ ਅੱਜਾ ਥੋੜੀ 55333 ਸ਼ਰਦਾਲੂ ਜੰਮੂ ਬੇਸ ਕੈਂਪ ਤੋਂ ਮਾਰ ਰਵਾਨਾ ਹੋਈ ਚੁੱਕੇ ਨੇ ਧਿਆਨ ਯੋਗ ਹੈ ਜੇ ਇਹ ਯਾਤਰਾ ਪਿਛਲੇ ਤਰ੍ਹਾਂ ਦਿਨੇ ਦੀ ਰਾਮਬੰਦ ਦੇ ਕੋਲ ਭਾਰੀ ਬਰਖਾ ਤੇ ਪਸੀਆਂ ਪਾਉਣੇ ਕਰੀ ਸੜਕ ਦੀ ਮੁਰੰਮਤ ਲਈ 2 ਦਿਨ ਰਾਸ਼ਟਰੀ ਜਰਨੈਲੀ ਸੜਕ ਬੰਦ ਹੀ ਜਿਹੜੀ ਪਿਛਲੇ ਕੱਲ ਦੁਪਹਿਰੀ ਤੱਕ ਅਰਵਾਲ ਕਰ ਦਿੱਤੀ ਗਈ ਕੁੱਲ 137000 ਤੇ 353 ਸ਼ਰਦਾਲੂ 1 ਜੁਲਾਈ ਤਮਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਦੌਰਾਨ ਪਵਿੱਤਰ ਗੁਫਾ ਦੇ ਦਰਸ਼ਨ ਕਰੀ ਚੁੱਕੇ ਦੇ ਨੇ ਲੋਕਿੰਗ ਹੁੰਦੇ ਘਰੇ ਚ ਸਖੱਲੇ ਬੈਂਕਿੰਗ ਸਰਵੰਧੀ ਸੇਵਾ ਉਪਲਬਧ ਕਰਵਾਉਣੇ ਦੇ ਆਪਣੇ ਯਤਨਾਂ ਕੀ ਬਰੋਬਰ ਜਾਰੀ ਰੱਖਦੇ ਹੋਈ ਜੰਮੂ ਕਸ਼ਮੀਰ ਬੈਂਕ ਨੇ ਸਿਆਸੀ ਜ਼ਿਲੇ ਚ ਪੋਨੀ ਇਲਾਕੇ ਚ ਕੱਲ ਨਗਦ ਜਮਾ ਕਰਵਾਉਣੇ ਤੇ ਨਕਦੀ ਕਢਾਣੇ ਦੀ ਸੁਵਿਧਾ ਆਲੀ ਕੈਸ਼ ਰੀਸ ਸਾਈਕਲਰ ਮਸ਼ੀਨ ਕੀ ਚਾਲੂ ਕੀਤਾ ਹੈ ਜੇ ਕੇ ਬੈਂਕ ਦੇ ਉਦੰਪੁਰ ਆਲੇ ਜ਼ੋਨਲ ਪ੍ਰਮੁਖ ਰਾਜੇਸ਼ ਗੁਪਤਾ ਹੋਰੇ ਰਿਆਸੀ ਦੇ ਕਲਸਟਰ ਮੁਖ ਰਵੀ ਸ਼ਰਮਾ ਬੈਂਕ ਦੇ ਅਧਿਕਾਰੀਆਂ ਤੇ ਹੋਰਨੇ ਲੋਕਾਂ ਦੀ ਮੌਜੂਦਗੀ ਚ ਇਸ ਮਸ਼ੀਨ ਕੀ ਸ਼ੁਰੂ ਕਰਵਾਇਆ ਇਸ ਮੌਕੇ ਪਰ ਜਨਰਲ ਪ੍ਰਮੁੱਖ ਲੋਕਾਂ ਜਿਸਖੱਲੇ ਬੈਂਕਿੰਗ ਸੇਵਾ ਉਪਲਬਧ ਕਰਵਾਉਣੇ ਚ ਆਪਣੇ ਤੇ ਇਹ ਗੀਤਿਆ ਪੱਕਾ ਕੀਤਾ ਮੁਕਾਮੀ ਲੋਕਾਂ ਇਸ ਪਹਿਲ ਕਦਮੀ ਲਈ ਬੈਂਕ ਦਾ ਆਭਾਰ ਜਤਾਇਆ ਹੈ ਜੀਐਸਟੀ ਪਰਿਸ਼ਦ ਨੇ ਕੈਂਸਰ ਦੇ ਇਲਾਜ ਲਈ ਇਸਤੇਮਾਲ ਕੀਤੀ ਜਾਂਦੀਆਂ ਦਵਾਈਆਂ ਦੁਰਲਭ ਬਿਮਾਰੀਆਂ ਦੇ ਇਲਾਜ ਚ ਇਸਤੇਮਾਲ ਹੋਣ ਵਾਲੀ ਦਵਾਈਆਂ ਤੇ ਵਿਸ਼ੇਸ਼ ਇਲਾਜ ਮੁਆਵਜ਼ੇ ਲਈ ਖੁਰਾਕ ਉਤਪਾਦਨਗੀ ਬਸਤੂ ਤੇ ਸੇਵਾ ਕਰ ਤਮਾ ਸ਼ੂਟ ਦੇਣੇ ਦਾ ਫੈਸਲਾ ਲੈਂਤਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰ ਅਕਲ ਨਵੀਂ ਦਿੱਲੀ ਚ ਜੀਐਸਟੀ ਪਰਿਸ਼ਦ ਦੀ ਪੰਜਾਬੀ ਬੈਠਕ ਦੀ ਅਦਖਸ਼ਤਾ ਕੀਤੀ ਮੀਟਿੰਗ ਚ ਵਿੱਤ ਮੰਤਰੀ ਹੋ ਨੇ ਆਕਿਆ ਜੇ ਪਰਿਸ਼ਦ ਨੇ ਨਿਜੀ ਆਪਰੇਟਰਾਂ ਦੀਏ ਉਪਗ੍ਰਹਿ ਸੇਵਾਇੰਗੀ ਜੀਐਸਟੀ ਤਮਾ ਸ਼ੂਟ ਦੇਣੇ ਦਾ ਵੀ ਫੈਸਲਾ ਕੀਤਾ ਹੈ ਵਿਜਨ ਪਕਾਏ ਦੇ ਤੇ ਤਲੇ ਦੇ ਸਨੈਕਸ ਉਪਰ ਜੀਐਸਟੀ ਦਰ 18 ਪ੍ਰਤੀਸ਼ਤ ਤਮਾ ਕਟਾਈ ਹੈ 5% ਕਰ ਦਿੱਤੀ ਗਈ ਹੈ ਨਕਲੀ ਜਰੀ ਦੇ ਧਾਗੇ ਪਰ GST ਦਰ ਘਟਾਈ ਹੈ 12.5% ਕਰ ਦਿੱਤੀ ਗਈ ਹੈ ਆਨਲਾਈਨ ਗੇਮਿੰਗ ਕੋੜੇ ਦੀ ਦੌੜ ਤੇ ਕੈਸੀਨੋ ਪਰ 28% ਸਬੈਟੈਕਸ ਲਾਇਆ ਜਾਗ ਇਹਦੇ ਕੰਨੇ ਕੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ